आकाशवाणी खबरा विजय बजाज ਕੋਲਾ ਪਹਿਲੇ ਖਾਸ ਖਬਰਾਂ ਲੰਮੇ ਸਮੇਂ ਤੋਂ ਬਲਗੀਜਾਰ ਦੀ ਪਗਵਾਨ ਚੀਰੀ ਰਾਮੂ ਦੀ ਅਜੋਤਿਆ ਚ ਪ੍ਰਾਣ ਪ੍ਰਤੀਸ਼ਠਾ ਇੱਕ ਸ਼ਾਨਦਾਰ ਤੇ ਪਵਿੱਅ ਸਮਾਰੋਚ ਸੰਪੰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਮੰਦਿਰ ਦੇ ਗਰਭ ਗ੍ਰਹਿ ਚ ਸ਼੍ਰੀ ਰਾਮ ਲਲਾਉਂ ਦੀ ਮੂਰਤੀ ਦਾ ਅਨਾਵਰਣ ਕੀਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਅਜੋਧਿਆ ਚ ਸ਼੍ਰੀ ਰਾਮ ਲਲਾ ਦੀਪ ਪ੍ਰਾਣ ਪ੍ਰਤੀਸ਼ਠਾ ਸਮਾਰੋਹ ਕੀ ਇਤਿਹਾਸਿਕ ਕਰਾਰ ਦਿੱਤਾ ਹੈ। ਉਹਨੇ ਰਾਮ ਮੰਦਰ ਦੀ ਜਿੱਤ ਲਈ ਨਿਆਯ ਪਾਲਿਕਾ ਕੀ ਸ਼ਰੇ ਦਿੱਤਾ। ਦੇਸ਼ ਦੁਨੀਆ ਤੇ ਬਖ ਬਖੀ ਸੰਥਮਾ ਅਜੋਧਿਆ ਚ ਸ਼੍ਰੀ ਰਾਮ ਲਲਾ ਦੀਪ ਪ੍ਰਾਣ ਪ੍ਰਤੀਸ਼ਠਾ ਦੇ ਮੱਧੇ ਨਜ਼ਰ ਜਸ਼ਨ ਮਨਾਏ ਜਾਣ ਦੀਆਂ ਖਬਰਾਂ ਆਸ ਲੋਈਆਂ ਨ। ਕਈ ਕੇਂਦਰੀ ਮੰਤਰੀਏ ਤੇ ਭਾਜਪਾ ਦੇ ਨੇਤਾਏ ਅਜੋਧਿਆ ਚ ਪ੍ਰਾਣ ਪ੍ਰਤੀਸ਼ਠਾ ਦੇ ਮੌਕੇ ਪਰ ਨਵੀਂ ਦਿੱਲੀ ਚ ਬਖ ਬਖ ਮੰਤਰੀਂ ਚ ਪ੍ਰਾਰਥਨਾ ਕੀਤੀਆਂ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਹੋਰੇ ਨੇ ਨਵੀਂ ਦਿੱਲੀ 'ਚ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ 2024 ਪੇਂਟ ਕੀਤੇ ਨ ਉਹਨ ਪੇਸ਼ ਨ ਖਬਰਾਂ ਤਫਸੀਲ ਕਰਨਾ ਹੈ ਅਯੋਧਿਆ 'ਚ ਸ਼੍ਰੀ ਰਾਮ ਲਲਾ ਦੀ ਪ੍ਰਾਨ ਪ੍ਰਤਿਸ਼ਠਾ ਅਨੁਸ਼ਠਾਨ ਸ਼ੁਭ ਮੂਰਤਾਂ 'ਚ ਵੈਦਿਕ ਮੰਤਰੋਚਾਰ ਕਰਨੇ ਸੰਪੰਨ ਹੋਈ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਗਰਭ ਗ੍ਰਹਿ 'ਚ ਪ੍ਰਾਨ ਪ੍ਰਤਿਸ਼ਠਾ ਦੇ ਵਿਧੀ ਵਿਧਾਨ 'ਚ ਪੂਰੇ ਰਾਸ਼ਟਰ ਦੀ ਅਗਵਾਈ ਕੀਤੀ ਉਨੇ ਗਰਭ ਗ੍ਰਹਿ ਚ ਰਾਮ ਲਲਾ ਦੀ ਪ੍ਰਤਿਮਾ ਦਾ ਅਨਾਵਰਣ ਵੀ ਕੀਤਾ आरएसएस यानी राष्ट्रीय स्वयंसेवक संघ के प्रमुख मोहन भागवत उत्तर प्रदेश दिया्यपाल आनंदी बेन पटेल मुख्यमंत्री योगी आदित्यनाथ हो प्राण प्रतिष्ठा दौरान पूजा अर्चना की रघुपति राघव राजा राम भजन श्री राम जन्मभूमि मंदिर परिसर च हेलीकाप्टर राय फुल बराए गए इस ऐतिहासिक मौके पर उद्योगपति मुकेश अंबानी सुनील मित्तल अनिल अंबानी अभिनेता अमिताभ बच्चन अभिषेक बच्चन रजनीकांत रणबीर कपूर चिरंजीवी कंगना रनौत माधुरी दीक्षित कैटरीना कैफ आलिया भट्ट ते खेड जगत थमा सचिन तेंदुलकर अनिल कुंबले ते साइना नेहवाल भी उ मौजूद हे साबका प्रधानमंत्री एच डी देवेगौड़ा तेलुगु देशम पार्टी के दे प्रमुख एन चंद्रबाबू नायडू ते और दुए मन्ने परमन्ने दे लोग इस मौके पर मौजूद रे सबने प्रमुख आध्यात्मिक ते धार्मिक पंथ के प्रतिनिधि भी प्राण प्रतिष्ठा कार्यक्रम से शामिल हुए ਕਾਰਕ੍ਰਮ ਤੋਂ ਮਾ ਪਹਿਲੇ ਗਾਇਕ ਸੋਨੂ ਨਿਗਮ ਅਨੁਰਾਧਾ ਪੋਡਵਾਲ ਤੇ ਸ਼ੰਕਰ ਮਹਾਦੇਵਨੋਰੇ ਰਾਮ ਭਜਨ ਗਾਈਏ ਲੋਕेंगी ਮੰਤਰ ਮੁਕਤ ਕਰ ਦਿੱਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀਓਰੇ ਅਜੋਦੀਆ ਚ ਸ਼੍ਰੀ ਰਾਮ ਲਲਾ ਦੀਪ ਪ੍ਰਣ ਪ੍ਰਤੀਸ਼ਠਾ ਕੀ ਇਤਿਹਾਸਿਕ ਪਲ ਕਰਾਰ ਦਿੱਤਾ ਉਹਨੇ ਆਖਿਆ ਜੇ ਇਹ ਛੜੀ ਰਾਮ ਲਲਾ ਦੀਪ ਪ੍ਰਣ ਪ੍ਰਤੀਸ਼ਠਾ ਕੇ ਨਹੀਂ ਹੈ ਸਗੁਆ ਮਨੁੱਖੀ ਮੁੱਲ ਕਦਰਾਂ ਦੀਪ ਪ੍ਰਣ ਪ੍ਰਤੀਸ਼ਠਾ ਦਾ ਸਮੇਂ ਵੀ ਹੈ ਤੇ ਇਸੀ ਆਉਣਿਆਲੇ ਬਰੇਂ ਤੱਕ ਰਖਿਆ ਜਾਗ ਅਯੋਧਿਆ ਚ ਪ੍ਰਾਨ ਪ੍ਰਤਿਸ਼ਠਾ ਵਾਲੇ ਕਾਰਜਕ੍ਰਮ ਕੀ ਸੰਬੋਧਿਤ ਕਰਦੀ ਹੋਈ ਉਹਨੇ ਆਖਿਆ ਜੇ ਇਹ ਭਗਵਾਨ ਦਾ ਆਸ਼ੀਰਵਾਦ ਹੈ ਜੇ ਅਸ ਸਾਰੇ ਇਸ ਪਲ ਦੇ ਗਵਾਹ ਬਣੇ ਆ ਉਹਨੇ ਆਖਿਆ ਜੇ ਰਾਮ ਲਲਾ ਕੀ ਉਨ ਤੰਬੂ ਚ ਨਹੀਂ ਰਹਿਣਾ ਪੋਗ ਤੇ ਉਹ ਉਨ ਪਵਯ ਮੰਤਰਾਂ ਚ ਵਿਰਾਜਮਾਨ ਪ੍ਰਧਾਨ ਮੰਤਰੀ ਉਹਨੇ ਭਗਵਾਨ ਸ਼੍ਰੀ ਰਾਮ ਉਹਦੇ ਅਸਤਿਤਵ ਕੀ ਲਈ ਇਹ ਲੜੀ ਕੀ ਥੀ ਲੰਮੀ ਲੜਾਈ ਦਾ ਵੀ ਜ਼ਿਕਰ ਕੀਤਾ ਉਹਨੇ ਭਾਰਤੀ ਨਿਆਪਾਲਿਕਾ ਦਾ ਵੀ ਆਭਾਰ ਜਤਾਇਆ ਜੇ ਉਹਨੇ ਨਿਆ ਕੀਤਾ ਉਹਨੇ ਆਖਿਆ ਜੇ ਰਾਮ ਅਰ ਕੁਸੇ ਦਿਨ ਉਹਨੇ ਆਖਿਆ ਜੇ ਰਾਮ ਕੁਸੇ ਇੱਕ ਦਿਨ ਨਹੀਂ ਹਨ ਪ੍ਰਧਾਨ ਮੰਤਰੀ ਹੋਰਾਂ ਕਿਹਾ ਜੇ ਪਿਛਲੇ 11 ਦਿਨਾਂ ਵਿੱਚ ਉਹਨੇ ਕਈ ਮੰਦਰਾਂ ਦਾ ਦੌਰਾ ਲਾਇਆ ਤੇ ਉਹਨੇ ਕੀ ਰਾਮਾਇਣ ਦੇ ਬਖ ਬਖ ਸੰਸਕਰਨ ਸੁਣਨੇ ਕੀ ਥੋਇਨ ਉਹਨੇ ਕਿਹਾ ਕਿ ਆਜੇ ਰਾਸ਼ਟਰ ਸਾਰੇ ਲੋਕਾਂ ਸੰਤਾਂ ਤੇ ਕਾਰ ਸੇਵਕਾਂ ਦੀ ਵੀ ਚੇਤਾ ਕਰਦਾ ਪ੍ਰਧਾਨ ਮੰਤਰੀ ਹੋਰਾਂ ਕਿਹਾ ਜੇ ਛੜਾ ਜਿੱਤ ਦਾਗੇ ਸਮੇਂ ਨਹੀਂ ਹੈ ਸਗੁਆ ਨੀਮਪਨ ਦਸਨੇ ਦਸਾ ਮਾਪੀਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋ ਨੇ ਆਖਿਆ ਜੇ ਰਾਮ ਮੰਦਰ ਚ ਪ੍ਰਾਣ ਪ੍ਰਤੀਸ਼ਠਾ ਦਾ ਇਤਿਹਾਸਿਕ ਪਲ ਭਾਰਤੀ ਵਿਰਾਸਤ ਤੇ ਸੰਸਕ੍ਰਿਤੀ ਦੀ ਔਰ ਮਤਾ ਸਮ੍ਰਿਧ ਸੱਗੋਸਾਰ ਬਣਾਉਣ ਦੇ ਕੰਨਿਆ ਗਿਆ ਦੇਸ਼ਾਂ ਦੀ ਵਿਕਾਸ ਯਾਤਰਾ ਦੀ ਨਮੀਆਂ ਬੁਲੰਦੀਆਂ ਤੱਕ ਲਈ ਜਾਗ ਮੋਦੀ ਹੋ ਨੇ ਅਜੋਧਿਆ ਚ ਸ਼੍ਰੀ ਰਾਮ ਲਲਾ ਪ੍ਰਾਣ ਪ੍ਰਤੀਸ਼ਠਾ ਸਮਾਰੋਹ ਕੋ ਲਾ ਪਹਿਲੇ ਰਾਸ਼ਟਰਪਤੀ ਦ੍ਰੋਪਦੀ ਮੁਰਮੂਨ ਦੇ ਪਾਸਿ ਆਉਣੇ ਕੀ ਲਿਖੀ ਕੇ ਦੀ ਚਿੱਠੀ ਦੇ ਪਰਤੇ ਚ ਇਹ ਗੱਲ ਆਖੀ ਪ੍ਰਧਾਨ ਮੰਤਰੀ ਉਰੇ ਸੋਸ਼ਲ ਮੀਡੀਆ ਮੰਚ ਐਕਸ ਪਰ ਰਾਸ਼ਟਰਪਤੀ ਹੁੰਦੀ ਚਿੱਠੀ ਕੀ ਟੈਗ ਕਰਦੀ ਹੋਈ ਅਜोध्या तामਚ ਪ੍ਰਾਨ ਪ੍ਰਤੀਸ਼ਠਾ ਸਮਾਰੋਹ ਦੇ ਸ਼ੁਭ ਮੌਕੇ ਪਰ ਸ਼ੁਭ ਕਾਮਨਾਇ ਲਈ ਹੁੰਦਾ ਧੰਨਵਾਦ ਕੀਤਾ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਪ੍ਰਧਾਨ ਮੰਤਰੀ ਉਰੇ ਕੀ ਲਿਖੀ ਦੀ ਚਿੱਠੀ ਚਾਹਿਆ ਹ ਜਿਸ ਸਮੁੱਚੇ ਮੁਲਖਾ ਚ ਉਤਸਵ ਵਾਲਾ ਮੋਲ ਪਰ ਦੀ ਅਨੰਤ ਸਾਸ਼ਵਤ ਆਤਮਾ ਦੀ ਕੁਦਰਤੀ ਅਭਿਵਿਅਕਤੀ ਹੈ ਤੇ ਇਤਨੇ ਰਾਸ਼ਟਰ ਦੇ ਨਵੇਂ ਸਿਰਿਆ ਉਬੜਾ ਉੱਠਨੇ ਦਾ ਨਮਾ ਦੌਰ ਸ਼ੁਰੂ ਹੋ ਗਾ ਰਾਸ਼ਟਰਪਤੀ ਉਰੇ ਪ੍ਰਾਣ ਪ੍ਰਤੀਸ਼ਠਾ ਸਮਾਰੋਹ ਕੋਲ ਪਹਿਲੇ ਪ੍ਰਧਾਨ ਮੰਤਰੀ ਉਰੇ ਕੀ ਮੁਬਾਰਕਬਾਦ ਦਿੱਤੀ ਹੀ ਇਹ ਖਬਰਾਂ ਤੁਸ ਆਕਾਸ਼ਵਾਣੀ ਪ੍ਰਾ ਸੁਨਾਰਦੇ ਹੋ ਅਜोध्या ਚ ਸ਼੍ਰੀ ਰਾਮ ਮੰਦਰ ਚ ਪ੍ਰਾਣ ਪ੍ਰਤੀਸ਼ਠਾ ਸਮਾਰੋਹ ਤੇ ਇਤਿਹਾਸਿਕ ਮੌਕੇ ਪਰ ਦੁਨੀਆ ਪਰ ਚ ਹਿੰਦੂ ਸਮੁਦਾਇ ਦੇ ਲੋਕ ਜਸ਼ਨ ਮਨਾ ਕਰਦੇ ਨਾ ਭਾਰਤ ਚ ਇਜ਼ਰਾਈਲ ਦੇ ਰਾਜਦੂਤ ਨਾਓਰ ਗਿਲੋਨੋ ਨੇ ਪ੍ਰਾਣ ਪ੍ਰਤੀਸ਼ਠਾ ਸਮਾਰੋਹ ਤੋਂ ਪਹਿਲੇ ਭਾਰਤ ਦੇ ਲੋਕਾਂ ਕੀ ਸ਼ੁਭ ਕਾਮਨਾ ਦਿੱਤੀਆਂ ਉਨੇ ਅਜੋਧਿਆ ਚ ਰਾਮ ਮੰਦਰ ਦੇ ਤੌਲੇ ਥਮ ਤੌਲੇ ਦਰਸ਼ਨ ਕਰਨ ਦੀ ਇੱਛਾ ਜਜ਼ਾਰ ਕੀਤੀ। ਨੇਪਾਲ ਚ ਮਾਤਾ ਸੀਤਾ ਉਨ ਦੀ ਪੈਤ੍ਰਿਕ ਥਾਰ ਮੰਦਰਾਂ ਦੀ ਦੀਏ ਤੇ ਰੋਸ਼ਨੀ ਕਰਨੇ ਸਜਾਇਆ ਗਿਦਾ ਤੇ ਲੋਕ ਦਿਯਾਲੀ ਦੀ ਤਿਆਰੀ ਚ ਲੱਗੇ ਦਿਨ। ਨਿਊਯਾਰਕ ਚ ਭਾਰਤੀ ਸਮੁਦਾਇ ਦੇ ਲੋਕਾਂ ਟਾਈਮਸ ਸਕੁਅਰ ਪਰ ਭਗਵਾਨ ਸ਼੍ਰੀ ਰਾਮ ਉਨ ਦੇ ਚਿੱਤਰ ਦੀ ਰੋਸ਼ਨੀ ਕਰਨੇ ਉਸੇ ਜਗਮਗਾਇ ਦਿੱਤਾ। ਰਾਮ ਪੱਜਨ ਕਰਨੇ ਭਾਰਤੀ ਸਾਂਸਕ੍ਰਿਤਿਕ ਵਿਰਾਸਤ ਦਾ ਉਤਸਵ ਮਨਾਇਆ ਗਿਆ। ਪ੍ਰਾਣ ਪ੍ਰਤੀਸ਼ਠਾ ਸਮਾਰੋਹ ਤੋਂ ਪਹਿਲੇ ਨਿਊ ਜਰਸੀ ਦੇ ਮੁਨੇਰੋਚ ਸ਼੍ਰੀ ਸਾਈਂ ਬਾਲਾਜੀ ਮੰਦਿਰ ਤੇ ਸਾਂਸਕ੍ਰਿਤਿਕ ਕੇਂਦਰਾਂ 'ਚ ਭਗਵਾਨ ਅਨੁਮਾਨਨ ਦੀ 5 ਫੁੱਟ ਉੱਚੀ ਪ੍ਰਤਿਮਾ ਲਾਈ ਗਈ। ਬ੍ਰਿਟੇਨ 'ਚ ਭਾਰਤੀ ਸਮੁਦਾਇ ਦੇ ਲੋਕਾਂ ਨੇ 355 ਕਾਰ ਇੰਚ ਸਵਾਰੋਈ 'ਚ ਵੱਡੀ ਰੈਲੀ ਵੀ ਕੱਢੀ। ਕਈ ਸਾਰੇ ਕੇਂਦਰੀ ਮੰਤਰੀਆਂ ਤੇ ਭਾਜਪਾ ਦੇ ਨੇਤਾਵਾਂ ਅਜੋਧਿਆ ਦੇ ਸ਼੍ਰੀ ਰਾਮ ਲੱਲਾ ਦੀ ਪ੍ਰਾਣ ਪ੍ਰਤੀਸ਼ਠਾ ਦੇ ਮੌਕੇ 'ਤੇ ਨਵੀਂ ਦਿੱਲੀ ਦੇ ਬਖ ਬਖ ਮੰਦਰਾਂ 'ਚ ਅੱਜ ਪ੍ਰਾਰਥਨਾ ਕੀਤੀਆਂ। ਗ੍ਰਹਿ ਮੰਤਰੀ ਅਮਿਤ ਸ਼ਾਓਰੇ ਸ਼੍ਰੀ ਲਕਸ਼ਮੀ ਨਾਰਾਇਣ ਮੰਦਰ ਬਿਰਲਾ ਮੰਦਰ ਜਿਸ ਲਈ ਕੇ ਰਾਜਨਾਥ ਸਿੰਘ ਹੋਰੇ ਦਰਿਆਗੰਝ ਦੇ ਸ਼੍ਰੀ ਸਨਾਤਨ ਤਰ ਮੰਦਰ ਚ ਪ੍ਰਾਰਥਨਾ ਕੀਤੀ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵੋਰੇ ਹਾਊਸ ਖਾਸ ਇਲਾਕੇ ਚ ਜਗਨਨਾਥ ਮੰਦਰ ਜਿਸ ਲਈ ਕੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਹੋਰੇ ਝੰਡੇ ਵਾਲਾਨ ਮੰਦਿਰ ਚ ਪੂਜਾ ਅਰਚਨਾ ਕੀਤੀ ਅਯੋਧਿਆ ਚ ਭਗਵਾਨ ਸ਼੍ਰੀ ਰਾਮ ਜੀ ਦੀ ਪ੍ਰਾਣ ਪ੍ਰਤਿਸ਼ਠਾ ਦੇ ਪਵਿੱਤਰ ਮੌਕੇ ਪਰ ਮਾਤਾ ਸੀਤਾ ਹੁੰ ਦੇ ਪੇਕੇ ਜਨਕਪੁਰ ਤੇ ਨੇਪਾਲ ਦੇ ਮਘੇਸ਼ ਪ੍ਰਦੇਸ਼ ਚ ਕਈ ਕਾਰਜਕ੍ਰਮ ਆਯੋਜਿਤ ਕੀਤੇ ਜਾ ਰਹੇ ਦਿਨ ਜਨਕਪੁਰ ਤਾਂ ਦੇ ਜਾਨਕੀ ਮੰਦਿਰ ਚ ਸੈਂਕੜਾ ਬੱਦੇ ਸਵੈਮ ਸੇਵਕ 1,25,000 ਮਿੱਟੀ ਦੇ ਦੀਏ ਬਾਲਣ ਦੀ ਤਿਆਰੀ ਚ ਲੱਗੇ ਦਿਨ ਪੂਰਾ ਜਨਕਪੁਰ ਰਾਮ ਭਜਨ ਕਰਨੇ ਸਰਾਬੂਰ ਹੈ ਉਥੇ ਸ਼ਿੜਕੇ ਪਰ ਰੰਗੋਲੀ ਬਣਾਈ ਗਈ ਹੈ ਸ਼ਹਿਰ ਵਾਸੀ ਕੇਸਰੀ ਚੰਡੇ ਲਈ ਹੈ ਸ਼ਹਿਰਾਂ ਚ ਚਬੱਖੇ ਲਹਿਰਾ ਕਰ ਦਿਨ ਤੇ ਕੇਸਰੀ ਚੰਡੇ ਦੀ ਸਜਾਵਟ ਜਨਕਪੁਰ tạm ਦੀ ਖੂਬਸੂਰਤੀ ਚ ਚਾਰ ਚੰਨ ਲਾ ਕਰਦੀ ਹੈ ਲੋਕਾਂ ਲਈ ਜੀਡੀ ਨਿਊਜ਼ ਪਰ ਅਜੋਧਿਆ ਚ ਰਾਮ ਲਲਾ ਦੇ ਅਭਿਸ਼ੇਕ ਦਾ ਲਾਈਵ ਪ੍ਰਸਾਰਣ ਦੇਖਣ ਲਈ ਮੰਦਰ ਪਰਿਸਰ ਦੇ ਅੰਦਰ ਇੱਕ ਵੱਡੀ ਟੀਵੀ ਸਕਰੀਨ ਲਾਈ ਕੀਤੀ ਹੈ ਇਦੀਸ਼ਾ ਪਹਿਲੇ ਭਗਤੀ ਦੀ ਭਾਵਨਾ ਚ ਭਗਵਾਨ ਰਾਮੂ ਦੇ ਲਗਭਗ 500 ਅਨੁਯਾਈ ਨੇਪਾਲ ਦੇ ਜਾਨਕੀ ਮੰਦਰਤਮਾ ਪਾਰ ਦੇ ਅਜੋਧਿਆ ਤੱਕ ਪਰ ਜਤਰਾ ਚ ਸ਼ਾਮਲ ਹੋਏ ਵਿਸ਼ਵ ਹਿੰਦੂ ਪਰਿਸ਼ਦ ਨੇ ਜਨਕਪੁਰ ਥਮਾ ਅਯੋਧਿਆ ਤੱਕ ਇੱਕ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਇਹ ਕਾਫਲਾ ਜਨਕਪੁਰ ਥਮਾ ਸ਼੍ਰੀ ਰਾਮ ਤੇ ਮਾਤਾ ਜਾਨਕੀ ਲਈ 3000 ਸ਼ਮਤੇ ਬੇਜੋੜ ਤੋਹਫੇ ਲੈ ਕੇ ਆਇਆ ਜਿੰਦੇ ਚ ਪੈਸਾ ਕਪੜੇ ਟੱਲੇ ਜੂਤੇ ਗਹਿਣੇ ਫਲ ਮਠਿਆਈਆਂ ਸੁੰਨਾ ਤੇ ਚਾਂਦੀ ਸ਼ਾਮਲ ਨਾ ਹਿੰਦੂ ਮਾਨਤਾਏ ਮੁਜਬ ਤ੍ਰੇਤਾ ਯੁਗ ਚ ਮਾਗ ਮਹੀਨੇ ਦੇ ਸ਼ੁਕਲ ਪੱਖ ਦੇ ਪੰਜਵੇਂ ਦਿਨ ਜਨਕਪੁਰ ਚ ਭਗਵਾਨ ਰਾਮ ਤੇ ਮਾਤਾ ਸੀਤਾ ਹੁੰਦਾ ਵਿਆਹ ਹੋਆ ਖਾ ਜਿਸੀ ਵਿਆਹ ਪੰਚਮੀ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਅਯੋਧਿਆ ਚ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਦੇ ਪਵਿੱਤਰ ਮੌਕੇ ਪਰ ਜਨਕਪੁਰ ਵਾਸੀ ਬੜੇ ਉਤਸ਼ਾਹਿਤ ਨ ਮਕਾਮੀ ਬਸਨੀਕ ਰਿਤੇਸ਼ ਝਾਵ ਨੇ ਦੱਸਿਆ ਜੀ ਉਹਦਾ ਪੂਰਾ ਪਰਿਵਾਰ ਆਪਣੇ ਘਰ ਪਰ ਗੇ ਦੀਵਾਲੀ ਮਨਾਗ ਇੱਕ ਹੋਰ ਬਸਨੀਕ ਬਬੀਤਾ ਕੁਮਾਰੀ ਹੋਰ ਨੇ ਦੱਸਿਆ ਜੀ ਉਹ ਜਾਨਕੀ ਮੰਦਰ ਚ ਪੂਜਾ ਦੇ ਬਾਅਦ ਅੱਜ ਆਪਣੇ ਘਰ ਚ ਮਿੱਟੀ ਦੇ ਦੀਏ ਬਾਲਗਨ ਅਯੋਧਿਆ ਚ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਵਾਲਾ ਸਮਾਰੋਹ ਗੁਜਰਾਤ ਚ ਵੀ ਬੜੇ ਜੋਸ਼ ਤੇ ਭਗਤੀ ਭਾਵਨਾ ਕਰਨੇ ਮਨਾਇਆ ਗਿਆ ਰਾਜ ਅਤੇ ਸਭ ਨੇ ਵੱਡੇ ਸ਼ਹਿਰਾਂ ਤੇ ਕਸਬਿਆਂ ਚ ਗੱਦੀ ਦੇ ਪਵਿੱਛ ਸ਼ੋਭਾ ਯਾਤਰਾ ਚ ਸਭ ਨੇ ਵਰਗਾਂ ਦੇ ਲੋਕ ਸ਼ਾਮਲ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗ੍ਰਹਿ ਰਾਜ ਗੁਜਰਾਤ ਚ ਦਵਾਰਕਾ ਤੇ ਸੋਮਨਾਥ ਥਮਾ ਲਈਏ ਅਹਮਦਾਬਾਦ ਵਡੋਤਰਾ ਤੇ ਸੂਰਤ ਤੱਕ ਤੇ ਗ੍ਰਾਂ ਕਸਬਿਆਂ ਚ ਵੀ ਸਭ ਨੇ ਤਪਕੇ ਦੇ ਲੋਕਾਂ ਕੇ ਜੈ ਸ਼੍ਰੀ ਰਾਮ ਦੇ ਨਾਰੇ ਲਾਂਦੀ ਹੋਈ ਵਿਸ਼ੇਸ਼ ਪੂਜਾ ਤੇ ਰਸਮੇ ਚ ਹਿੱਸਾ ਲਇਤਾ ਗਾਂਦੀਨਗਰ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁੰਦੀ ਸੁਰਗਵਾਸੀ ਮਾਤਾ ਹੀਰਾ ਬਾਉਂ ਦੇਖ ਕੇ ਅੱਜ ਵੀ ਖਾਸ ਭਜਨ satsang ਦਾ ਆਯੋਜਨ ਕੀਤਾ ਗਿਆ ਅਮਤਾਬਾਦ ਚ ਸ਼ਾਹ-ਏ-ਆਲਮ ਦਰਗਾਹ ਚ ਆਯੋਜਿਤ ਕਾਰਜਕ੍ਰਮ ਚ ਆਧਿਆਤਮਿਕ ਨੇਤਾਇਂ ਇਸਲਾਹਾਤ ਤੇ ਸਮਪਰਦਾਇਕ ਸਦਭਾਵ ਦੀ ਮਿਸਾਲ ਪੇਸ਼ ਕੀਤੀ ਦਰਗਾਹ ਪਰ ਮਿੱਟੀ ਦੇ ਤਕਰੀਬਨ 101 ਦੀਏ ਵੀ ਬਾਲੇ ਗੇ ਨਾ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਪ੍ਰਮੁਖ ਮੋਹਨ ਭਾਗਵਤੋ ਰੇ ਆਕੇ ਜੇ ਰਾਮ ਰਾਜ ਆਵਾ ਕਰਤਾ ਤੇ ਅਸੀਂ ਸਭ ਨੇ ਕੀ ਆਪਣੇ ਆਪਣੇ ਮਤਭੇਦ ਛੋੜ ਦੇ ਨਯੋਂਗਨ ਅਜोध्या ਚ ਸ਼੍ਰੀ ਰਾਮ ਲਲਾ ਦੀ ਮੂਰਤੀ ਦੀ ਪ੍ਰਾਣ ਪ੍ਰティਸ਼ਠਾਲੇ ਸਮਾਰੋਗੀ ਕਈ ਸਾਰੇ ਲੋਕਾਂ ਕਹਿੰਚ ਟੀਵੀ ਪਰ ਦਿਖਿਆ ਤੇ ਕਈ ਮੰਦਰੇ ਚ ਬਈਏ ਇਸ ਸਮਾਰੋਗੀ ਦਿਖਿਆ। ਉਹਨੇ ਆਖਿਆ ਜੇ ਪ੍ਰਧਾਨ ਮੰਤਰੀਓ ਨੇ ਆਪੂ ਤੈ ਕੀਤਾ ਤੇ ਹੁਣ ਅਸੇ ਸਾਰੇ ਕੀ ਰਾਸ਼ਟਰ ਲਈ ਕੰਮ ਕਰਨਾ ਹੋਗਾ। ਇਹ ਗੱਲ ਉਹਨੇ ਸਮਾਰੋਗੀ ਸੰਬੋਧਿਤ ਕਰਤੀ ਹੋਈ ਆਖੀ। ਉਹਨੇ ਆਖਿਆ ਜੇ ਰਾਮ ਲਲਾ ਦੀ ਪ੍ਰਾਣ ਪ੍ਰティਸ਼ਠਾ ਕਰਨਾ ਭਾਰਤ ਦਾ ਗੌਰਵ ਨਮੇਸਰੀਆ ਸਥਾਪਿਤ ਹੋਇਆ। ਇਹ ਖਬਰਾਂ ਤ ਉਸ ਆਕਾਸ਼ਵਾਣੀ ਪ੍ਰਾ ਸੁਨਾਰ ਦਿਓ। राष्ट्रपति द्रौपदी मुर्मूरे आज नवी दिल्ली च 19 असाधारण प्रतिभा रखनी वाले बच्चें गी प्रधानमंत्री राष्ट्रीय बाल पुरस्कार पेंट कीते। मुल्क परथमा चुनेगिदे इने बच्चें गी कला ते संस्कृति, दिलेरी, ਨਵੀਂੇ ਕਾਢੇ, ਸਮਾਜ ਸੇਵਾ ਤੇ ਖੇਡੇਂ च बेहतरीन ਉਪਲਬਧੀਆਂ واسਤੇ ਸਨਮਾਨਿਤ ਕੀਤਾ ਗਿਆ। ए पुरस्कार जित्ने आले 9 ਨੌਜਾਗਤ ਤੇ 10 ਕੁੜੀਆਂ ਦਉਂ ਆकांक्षी ਜ਼ਿਲ੍ਹੇ सने मुल्क दे 18 ਰਾਜੇ ਤੇ ਕੇਂਦਰ ਸ਼ਾਸਿਤ ਪ੍ਰਦੇਸ਼ੇ ਥਮਨ ਇਹ ਪੁਰਸਕਾਰ 5 ਤੋਂ 18 ਬਰਿੰਦੀ ਉਮਰੀ ਦੇ ਬੱਚਿਆਂ ਨੂੰ ਦਿੱਤੇ ਜਾਂਦੇ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰ ਕੱਲ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਕਰਨ ਸਨਮਾਨਿਤ ਇਹਨੇ ਬੱਚੇ ਕਨੇ ਗੱਲਬਾਤ ਕਰਨਗਨ ਇਹ ਬੱਚੇ 26 ਜਨਵਰੀ ਦੀ ਗਣਤੰਤਰ ਦਿਵਸ ਦੀ ਪਰੇਡ ਜਬੀ ਇਸ ਸਾਲ ਲਦਾਖ ਦੇ ਕਾਰਗਿਲ ਚ ਅੱਜ ਏਐਨ 32 ਕੂਰੀਅਰ ਸੇਵਾ ਸ਼ੁਰੂ ਕੀਤੀ ਗਈ ਪਹਿਲੀ ਡੁਆਰੀ ਦੇ ਦਰਾਂ ਪਾਰਤੀ ਵਾਇੂ ਸੇਨਾ ਨੇ 11 ਯਾਤਰੀਆਂ ਕੀ ਕਾਰਗਿਲ ਥਮਾ ਜੰਮੂ ਤੇ 7 ਯਾਤਰੀਆਂ ਕੀ ਜੰਮੂ ਥਮਾ ਕਾਰਗਿਲ ਪਹੁੰਚਾਇਆ ਇਸ ਪਹਿਲ ਕਦਮੀ ਕਰਨੇ ਇਲਾਕਾਈ ਸੰਪਰਕ 기ਪੜਾਵਾ ਮਿਲੋਗ ਤੇ ਆਰਥਿਕ ਵਿਕਾਸ ਚਤੇਜੀ ਆਉਗ ਲੱਦਾਖ ਖੁਦਮੁਖਤਿਆਰ ਪਾੜੀ ਵਿਕਾਸ ਕਾਉਂਸਲ ਦੇ ਅਧਿਐਖ ਡਾਕਟਰ ਮੁਹੰਮਦ ਜ਼ਫਰ ਅਖੂਨ ਤੇ ਸ਼ਾਰੀ ਆਵਾਬਾਜ਼ੀ ਮਹਿਕਮੇ ਦੇ ਸਚਿਵ ਰਵਿੰਦਰ ਡਾਂਗੀ ਹੋਰੇ ਲੋਕਾਂ ਕੀ ਸੁਵਿਧਾ ਦੇਣੇ ਆਸਤੇ ਭਾਰਤੀ ਵਾਯੂ ਸੇਨਾ ਦਾ ਆਭਾਰ ਜਤਾਇਆ ਡਾਕਟਰ ਜ਼ਫਰ ਹੋਰੇ ਨਿਰਵਿਗਨ ਟ੍ਰਾਂਸਪੋਰਟ ਸੁਵਿਧਾਆਂ ਦਾ ਨਿਰੇਖਣ ਕੀਤਾ ਐਨ 32 ਕੂਰੀਅਰ ਸੇਵਾ ਦਾ ਮਕਸਦ ਯਾਤਰਾ ਕੀ ਬੁਬਸਤਿਤ ਬਣਾਣਾ ਤੇ ਕਾਰਗਿਲ ਚ ਸੰਪਰਕ ਸਹੂਲਤਾਂ ਚ ਸੁਧਾਰ ਕਰਨਾ ਹੈ नमी दिल्ली के कर्तव्य पथ पर गणतंत्र दिवस परेड च इस बरे कुल छब्बीस झांकियां शामिल होंग केंद्र शासित प्रदें दियां सोलह त बख बंत्र ते संगठने दियां दस झांकिया हों राज्य केंद्र शासित प्रदशों च अरुणाचल प्रदेश हरियाणा मणिपुर मध्य प्रदेश ओडिशा छत्तीसगढ़ राजस्थान महाराष्ट्र आंध्र प्रदेश लद्दाख तमिलनाडु मेघालय झारखंड उत्तर प्रदेश तेलंगाना दियं झांकियां ਸ਼ਾਮ ਲੰਗਨ ਆਕਾਸ਼ਵਾਣੀ ਨੇ ਆराधना 나ਕਨੇ ਇੱਕ ਨਵਾਂ ਚੈਨਲ ਸ਼ੁਰੂ ਕੀਤਾ ਹੈ ਡਿਜੀਟਲ ਸਟ੍ਰੀਮਿੰਗ ਅਲਾ ਇਹ ਚੈਨਲ YouTube ਪਰ ਆਕਾਸ਼ਵਾਣੀ ਆਰਾਧਨਾ ਦੇ ਨਾਂ ਕਰਨੇ ਉਪਲਬਧ ਤੋਂ ਨਦੀ ਲਾਵਾ ਨਿਊਜ਼ ਔਨ AIR ਪਰ ਵੀ ਉਪਲਬਧ ਹੈ ਇਸ ਚੈਨਲ ਬਾਰੇ ਗੱਲ ਕਰਦੀ ਹੋਈ ਆਕਾਸ਼ਵਾਣੀ ਦੀ ਪ੍ਰਿੰਸੀਪਲ ਡੀਜੀ ਵਸੁਦਾ ਗੁਪਤਾ ਨੇ ਆਖਿਆ ਜੇ ਇਹ ਚੈਨਲ ਭਾਰਤ ਦੀ ਸਭਿਤਾ ਦੇ ਮੁੰਡਲੇ ਸਭਾ ਸਾਂਸਕ੍ਰਿਤਿਕ ਲਚੀਲੇਪਨ ਤੇ ਜਰਨਿਕ ਪੁਨੇ ਤੇ ਵਸੁਦੇਵ ਕੁਟੁੰਬਕਮ ਦੇ ਜਜ਼ਬੇ ਕੀ ਪ੍ਰਗਟ ਕਰਦਾ ਹੈ 19 ਕਲ੍ਹ ਪਰ ਖੁਸ਼ੀ ਪ੍ਰਗਟ ਕੀਤੀ ਜੇ اے ਚੈਨਲ ਅਜੋਧਿਆ ਚ ਰਾਮ ਲੱਲਾ ਦੀ ਪ੍ਰਾਣ ਪ੍ਰਤੀਸ਼ਠਾ ਲੇਤੀ ਆੜੇ ਸ਼ੁਰੂ ਕੀਤਾ ਜਾਦਾ ਹੈ। ਸੰਯੁਕਤ ਰਾਸ਼ਟਰ ਮਹਾਸਭਾ ਦੇ 78ਵੇਂ اجلاس ਦੇ ਅਥੀਖ ਡੈਨਿਸ ਫ੍ਰਾਂਸਿਸ ਪੰਜੇ ਦਿਨੀ ਦੀ ਯਾਤਰਾ ਪਰ ਅੱਜ ਬੱਡਲੇ ਨਵੀਂ ਦਿੱਲੀ ਪੁੱਜੇ। ਵਿਦੇਸ਼ ਮੰਤਰਾਲੇ ਮੁ ਮੁਂਦੀ ਯਾਤਰਾ ਭਾਰਤ ਤੇ ਸੰਯੁਕਤ ਰਾਸ਼ਟਰ ਦੇ ਸਰਬੰਧਨ ਕੀ ਮਜ਼ਬੂਤ ਬਣਾਉਣੇ ਤੇ ਭਾਰਤ ਦੀਆਂ ਪ੍ਰਾਥਮਿਕਤਾਆਂ ਤੇ ਵਿਸ਼ਵਿਕ ਚੁਣੌਤੀਆਂ ਦੇ ਬਾਰੇ ਚ ਵਿਚਾਰ ਵਟਾਂਦਰੇ ਦਾ ਮੌਕਾ ਉਪਲਬਧ ਕਰਵਾ ਗ। ਯਾਤਰਾ ਦੇ ਦੌਰਾਨ ਫਰਾਂਸਿਸ ਹੋਰ ਵਿਦੇਸ਼ ਮੰਤਰੀ ਡਾਕਟਰ ਐਸ ਜੇ ਸ਼ੰਕਰ ਹੁੰਦੇ ਕੰਨੇ ਆਪਸੀ ਇਤਿਆਂ ਲਈ ਬਕ ਬਕ ਮੁੱਦਿਆਂ ਪਰ ਗੱਲਬਾਤ ਕਰਨਗਨ ਉਹ ਮਹਾਤਮਾ ਗਾਂਧੀ ਹੁੰਦੀ ਸਮਾਧੀ ਪਰ ਜਾਈਏ ਉੱਥੇ ਸ਼ਰਧਾਂਜਲੀ ਵੀ ਦੇਂਗਨ ਉਹ ਡਿਜੀਟਲ ਸਾਰਵਜਨਿਕ ਬੁਨਿਆਦੀ ਢਾਂਚੇ ਪਰ ਗੋਲ ਮੇਜ਼ ਬੈਠਕ 'ਚ ਵੀ ਸ਼ਾਮਲ ਹੋਣਗਨ ਉਹ ਜੈਪੁਰ ਤੇ ਮੁੰਬਈ ਵੀ ਜਾਂਗਨ ਤੇ ਮੁੰਬਈ ਆਤੰਕਵਾਦੀ ਹਮਲੇ ਦੇ ਸਮਾਰਕ ਪਰ ਸ਼ਰਧਾਂਜਲੀ ਅਰਪਿਤ ਕਰਨਗਨ ਫਰਾਂਸਿਸ ਹੋਰ ਮਹਾਰਾਸ਼ਟਰ ਚ ਸਰਕਾਰੀ ਪ੍ਰੌਣੇ ਦੇ ਤੌਰ ਤੇ ਗਣਤੰਤਰ ਦਿਵਸ ਦੀ ਪਰੇਡ ਚ ਵੀ ਸ਼ਾਮਲ ਹੋਣਗਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰ ਕੱਲ ਮੰਗਲਵਾਰ ਨੂੰ ਦਿੱਲੀ ਦੇ ਲਾਲ ਕਿਲੇ 'ਚ ਨਵੇਂ ਦਿਨੇ ਤੱਕ ਚੱਲਣ ਵਾਲੇ ਪਰਾਕਰਮ ਦਿਵਸ ਦਾ ਉਦਘਾਟਨ ਕਰਨਗਣ ਉਦਘਾਟਨ ਸਮਾਰੋਹ 'ਚ ਇਤਿਹਾਸਿਕ ਕਟਨਾਏ ਤੇ ਸਾਂਸਕ੍ਰਿਤਿਕ ਵਿਰਸੇ ਦੇ ਸ਼ਾਨਦਾਰ ਅਕਸ ਦਾ ਨਜ਼ਾਰਾ ਦਿਖਣੇ ਗਿਆ ਬੁਗ ਕਾਰਜਕ੍ਰਮ ਦੌਰਾਨ ਪ੍ਰਧਾਨ ਮੰਤਰੀ ਹੋਰ ਸੈਲਸਫਾ ਮੰਤਰਾਲੇ ਪਾਸਿਆ ਆਯੋਜਿਤ ਭਾਰਤ ਪਰਵ ਦੀ ਡਿਜੀਟਲ ਸਿਰਸਤੇ ਰਾਂ ਸ਼ੁਰੂਆਤ ਕਰਨਗਣ ਇਸ ਪਰਵ 'ਚ ਗਣਤੰਤਰ ਦਿਵਸ ਦੀਆਂ ਚਾਂਕੀਆਂ ਤੇ ਸਾਂਸਕ੍ਰਿਤਿਕ ਪ੍ਰਦਰਸ਼ਨੀਆਂ ਸਨ ਮੁਲਖਿਆਤੀ ਬਨਸਬੰਤਾ ਦੀ ਵੀ ਦਰਚਾਇਆ ਜਾਗ ਸਮੂਲ ਚਿ لال ਕਿਲੇ ਕੀ ਪ੍ਰੋਜੈਕਸ਼ਨ ਮੈਪਿੰਗ ਰਾਏ ਇੱਕ ਕੈਨਵਸ ਦਾ ਰੂਪ ਦੇ ਦਿੱਤਾ ਜਾਗ ਜਿਦੇ ਪਰਪਰ ਦੀ ਸੰਸਕ੍ਰਿਤੀ ਇਤਿਹਾਸ ਤੇ ਵਿਰਸੇ ਕੀ ਦਿਖਨੇ ਦਾ ਮੌਕਾ ਤੋਗ ਇਸ ਮੌਕੇ ਆਈਐਨਐਚ ਰਹਿ ਚੁਕੇ ਦੇ ਵ੍ਰਿਸ਼ਟ ਸੈਨਿਕਾਂ ਕੀ ਵਿਸ਼ੇਸ਼ ਮਾਨਤਾ ਦਿੱਤੀ ਜਾਗ ਇਸ ਦਰਨ ਇਸ ਪਰਿਸਰਚ ਪ੍ਰਵੇਸ਼ ਬਿਲਕੁਲ ਮੁਫਤ ਹੋਗ ਨੇਤਾਜੀ ਸੁਭਾਸ਼ ਚੰਦਰ ਬੋਸ ਹੁੰਦੇ ਜਨਮ ਦਿਨ ਕੀ 2021 ਤਮਾ ਪਰਾਕਰਮ ਦਿਵਸ ਦੇ ਰੂਪ ਵਿੱਚ ਮਨਾਇਆ ਜਾ ਕਰਦਾ ਅਖੀਰ ਚ ਖਾਸ ਖਾਸ ਖਬਰਾਂ ਇੱਕ ਬਾਰੀ ਪੀ ਸੁਣੀ ਲਾਓ ਲੰਮੇ ਸਮੇਤਮਾ ਬਲਗੀਚਾਰ ਦੀ ਪਗਵਾਨ ਸ਼੍ਰੀ ਰਾਮੰਦ ਦੀ ਅਜੋਤਿਆ ਚ ਪ੍ਰਾਣ ਪ੍ਰਤੀਸ਼ਠਾ ਇੱਕ ਸ਼ਾਨਦਾਰ ਤੇ ਭਵਯ ਸਮਾਰੋਹ ਚ ਸੰਪੰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀਓ ਨੇ ਮੰਦਰ ਦੇ ਗਰਭਗ੍ਰਹਿ ਚ ਸ਼੍ਰੀ ਰਾਮ ਲਲਾ ਦੀ ਮੂਰਤੀ ਦਾ ਅਨਾਵਰਣ ਕੀਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀਓ ਨੇ ਅਜੋਤਿਆ ਚ ਸ਼੍ਰੀ ਰਾਮ ਲਲਾ ਦੇ ਪ੍ਰਾਣ ਪ੍ਰਤੀਸ਼ਠਾ ਸਮਾਰੋਹ ਨੂੰ ਇਤਿਹਾਸਿਕ ਕਰਾਰ ਦਿੱਤਾ ਉਹਨੇ ਰਾਮ ਮੰਦਰ ਦੀ ਜਿੱਤ ਲਈ ਨਿਆਹ ਪਾਲਿਕਾ ਕੀ ਸ਼੍ਰੇ ਦਿੱਤਾ ਦੇਸ਼ ਦੁਨੀਆ ਤੇ ਬਖ ਬਖੀ ਸੰਥਮਾ ਅਜੋਧਿਆ ਚ ਸ਼੍ਰੀ ਰਾਮ ਲਲਾ ਦੀ ਪ੍ਰਾਣ ਪ੍ਰਤੀਸ਼ਠਾ ਦੇ ਮੱਦੇਨਜ਼ਰ ਜਸ਼ਨ ਮਨਾਏ ਜਾਣ ਦੀਆਂ ਖਬਰਾਂ ਆਸ ਲੋਈਆਂ ਨੇ ਕਈ ਕੇਂਦਰੀ ਮੰਤਰੀਏ ਤੇ ਬੀਜੇਪੀ ਦੇ ਨੇਤਾਏ ਅਜੋਧਿਆ ਚ ਪ੍ਰਾਣ ਪ੍ਰਤੀਸ਼ਠਾ ਦੇ ਮੌਕੇ ਪਰ ਨਵੀਂ ਦਿੱਲੀ ਚ ਬਖ ਬਖ ਮੰਦਰੇ ਚ ਪ੍ਰਾਰਥਨਾ ਕੀਤੀਆਂ ਤੇ ਰਾਸ਼ਟਰਪਤੀ ਦ੍ਰਾਉਪਦੀ ਮੁਰਮੂਰੇ ਅੱਜ ਨਵੀਂ ਦਿੱਲੀ ਚ ਪ੍ਰਧਾਨ ਮੰਤਰੀ ਰਾਸ਼ਟਰੀ ਪਾਲ ਪੁਰਸਕਾਰ 2024 ਪਿੰਕਟ ਕੀਤੇ ਨੇ ਖਬਰਿੰਦੇ ਇਸ ਬੁਲਟਨ ਚ ਬਸ ਇੰਨਾ ਗਿਆ